ਵਿਸ਼ਵ ਰਿਕਾਰਡ ਬਣਾਉਣ ਲਈ 2 ਲੱਖ ਲੋਕ ਕਰਨਗੇ ਯੋਗਾ। ਬਾਬਾ ਰਾਮਦੇਵ। ਰਾਤ ਭਰ ਆਂਧੀ ਔਰ ਤੂਫਾਨ ਸੇ ਕਰੀਬ 28 LED ਧਵਸਤ ਹੋ ਗਈ, ਉਹ ਸ਼ਵਾਸਨ ਕੀ ਉਦਰਾ ਮੇ ਚਲੀ ਗਈ। ਚਾਰੋਂ ਤਰਫ ਐਸੇ ਖੰਡਰ ਸੇ ਪੜੇ ਹੋਏ ਹੈ, ਲੇਕਿਨ ਇਸ ਸਭ ਕੇ ਬਾਵਜੂਦ ਵੀ ਆਜ ਵੀ ਬਹੁਤ ਬੜੀ ਸੰਖਿਆ ਮੇ ਯਹਾਂ ਕੇ ਵਿਦਿਆਰਥੀਓ ਨੇ, ਯਹਾਂ ਕੇ ਨਾਗਰਿਕੋ ਨੇ ਭਾਗ ਲਿਆ। ਔਰ 21 ਤਾਰੀਖ ਕੋ ਪੂਰੀ ਦੁਨੀਆ ਯੋਗ ਕਰੇਗੀ, ਔਰ ਦੁਨੀਆ ਕਾ ਸਭਸੇ ਬੜਾ ਯੋਗ ਕਾ ਇਵੈਂਟ, ਯੋਗ ਕਾ ਯੇ ਮਹਾ ਆਯੋਜਨ ਸੰਮੇਲਨ ਯੇ ਕੋਟਾ ਕੀ ਧਰਾ ਪਰ ਹੋਗਾ। ਤੋ ਇੰਟਰਨੈਸ਼ਨਲ ਯੋਗ ਡੇ ਪਰ ਇੱਕ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਮੇ 2 ਲੱਖ ਸੇ ਅਧਿਕ ਲੋਕੋ ਕੇ ਇੱਕ ਵੈਨਿਊ ਪਰ ਯੋਗ ਕਰਨੇ ਕਾ ਵਿਸ਼ਵ ਕੀਰਤੀਮਾਨ ਬਨੇਗਾ। ਮੁਝੇ ਯਹਾਂ ਕਾ ਜੋਸ਼ ਜਨੂਨ ਦੇਖ ਕਰਕੇ ਅੱਛਾ ਲੱਗ ਰਿਹਾ ਹੈ ਕਿ ਇਤਨੀ ਪ੍ਰਤੀਕੂਲਤਾਓ ਕੇ ਬਾਵਜੂਦ ਵੀ ਆਪ ਚਾਰੋਂ ਤਰਫ ਦੇਖ ਰਹੇ ਹੋ ਕਿ ਇਤਨੇ ਭੈਂਕਰ ਸੰਘਰਸ਼, ਪ੍ਰਤੀਕੂਲਤਾ, ਚੁਣੌਤੀਓ ਕੇ ਬੀਚ ਮੇ ਜਬ ਇਤਨੀ ਬੜੀ ਸੰਖਿਆ ਮੇ ਲੋਕ ਆਏਂਗੇ, ਤੋ ਅੰਤਿਮ ਦਿਨ ਤੋਂ ਯਹਾਂ ਪਰ ਵਿਸ਼ਵ ਕੀਰਤੀਮਾਨ ਬਨੇਗਾ ਹੀ। ਜੋ ਯੋਗ ਕਰੇਗਾ ਉਸਕੇ ਜੀਵਨ ਮੇ ਨਿਰਾਸ਼ਾ ਕਾ ਤੋ ਪ੍ਰਸ਼ਨ ਹੀ ਨਹੀਂ ਹੋ ਸਕਤਾ, ਵੋ ਆਤਮਹੱਤਿਆ ਕੇ ਲੀਏ ਤੋ ਸੋਚ ਵੀ ਨਹੀਂ ਸਕਤਾ। ਯੋਗ ਸੇ ਹਮਾਰਾ ਸ਼ਰੀਰ ਬਲ, ਮਨੋਬਲ, ਬੁੱਧੀ ਬਲ, ਆਤਮਬਲ ਇਤਨਾ ਸਬਲ ਹੋ ਜਾਤਾ ਹੈ ਕਿ ਵਿਅਕਤੀ ਕਭੀ ਜ਼ਿੰਦਗੀ ਮੇ ਹਾਰ ਨਹੀਂ ਮਾਨਤਾ, ਵੋ ਵਿਜੇਤਾ ਬਨ ਕਰਕੇ ਉਭਰਤਾ ਹੈ।